ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ, ਉੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਿਹਤ ਵਿਭਾਗ ਦੇ ਵੱਲੋਂ ਜ਼ਿਲ੍ਹਾ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਲਈ ਇੱਕ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਦੀ ਯੋਜਨਾ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਸਿਹਤ ਵਿਭਾਗ ਫਾਜ਼ਿਲਕਾ ਦੇ ਵੱਲੋਂ ਜ਼ਿਲ੍ਹਾ ਜੇਲ੍ਹ ਫਾਜ਼ਿਲਕਾ ਵਿਖੇ ਇੱਕ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੇ ਤਹਿਤ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਨੂੰ 5 ਬਿਮਾਰੀਆਂ ਦੀ ਰੋਕਥਾਮ ਦੇ ਲਈ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ। ਇਸ ਮੌਕੇ ਫਾਜ਼ਿਲਕਾ ਦੇ ADC ਮੈਡਮ ਅਵਨੀਤ ਕੌਰ, SSP ਫਾਜ਼ਿਲਕਾ ਮੈਡਮ ਡਾਕਟਰ ਅਵਨੀਤ ਕੌਰ ਸਿੱਧੂ ਤੇ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਬਵਿਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਅੱਜ ਪੰਜਾਬ ਸਰਕਾਰ ਤੇ ਹੈਲਥ ਡਿਪਾਰਟਮੈਂਟ ਦਾ ਇੱਕ ਜੋ ਨਵਾਂ ਉਪਰਾਲਾ ਹੈ, ਜੇਲ੍ਹਾਂ ਦੇ ਵਿੱਚ ਜਿੰਨੇ ਵੀ ਇਨਮੇਟਸ ਨੇ ਉਹਨਾਂ ਨੂੰ ਵੱਖ-ਵੱਖ 5 ਬਿਮਾਰੀਆਂ ਲਈ ਸਕਰੀਨਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅੱਜ ਅਸੀਂ ਇੱਥੇ ਇਹਦੀ ਸ਼ੁਰੂਆਤ ਕੀਤੀ ਹੈ ਤੇ ਇੱਥੇ ਜਿਹੜੇ ਵੀ ਕੈਦੀ ਇਹਨਾਂ ਬਿਮਾਰੀਆਂ ਤੋਂ ਪੀੜਿਤ ਪਾਏ ਜਾਂਦੇ ਨੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਤੇ ਬਹੁਤ ਹੀ ਅੱਛਾ ਇੱਕ ਉਪਰਾਲਾ ਹੈ ਜਿਹਨੂੰ ਇੱਥੇ ਬਹੁਤ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਫਾਜ਼ਿਲਕਾ ਜੇਲ੍ਹ 'ਚ। ਅੱਜ ਉਹ ਜਿਹੜਾ ਵਾਇਰਸ ਲੋਡ ਦਾ ਟੈਸਟ ਹੈ ਉਹ ਵੀ ਮਤਲਬ ਕਿ ਸਿਵਲ ਹੋਸਪਿਟਲ 'ਚ ਫ੍ਰੀ ਕੀਤਾ ਜਾ ਰਿਹਾ ਤੇ ਉਹਦੇ ਜਿੰਨਾ ਵੀ ਟ੍ਰੀਟਮੈਂਟ ਹੋਏਗਾ ਅਪ ਟੂ ਐਂਡ ਉਹਦੇ ਰਿਕਵਰੀ ਤੱਕ ਉਹ ਫ੍ਰੀ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ। ਹਾਂਜੀ ਹਾਂਜੀ ਬਿਲਕੁਲ, ਟੀਮਾਂ ਦਾ ਗਠਨ ਕੀਤਾ ਗਿਆ ਸਾਡੇ ਵੱਲੋਂ, ਜਿਹੜੀਆਂ ਹੈਗੀਆਂ ਉਹ ਟੀਮਸ ਬਣਾਈਆਂ ਗਈਆਂ ਤੇ ਜਿਹਦੇ ਇੰਚਾਰਜ ਜਿਹੜੇ ਹੈਗੇ ਆ ਉਹ ਸਾਡੇ ਚੈਸਟ ਐਂਡ TB ਦੇ ਮਾਹਿਰ ਡਾਕਟਰ ਨੀਲੂ ਹੈਗੇ ਆ ਤੇ ਬਾਕੀ ਸਾਰੀਆਂ ਟੀਮ ਸਾਡੀਆਂ ਜਿਹੜੀਆਂ ਹੈਗੀਆਂ ਉਹ ਸਿਵਲ ਹੋਸਪਿਟਲ ਤੋਂ ਆਉਣਗੀਆਂ ਤੇ ਇਹਨਾਂ ਦਾ ਸੀਕੁਐਂਸ ਵਾਈਜ਼ ਜਿਹੜੇ ਹੈਗੇ ਆ ਟ੍ਰੀਟਮੈਂਟ। ਪ੍ਰੇਜ਼ ਇਹ ਟੱਚ ਕਰਨ ਨਾਲ ਤਾਂ ਕੋਈ ਵੀ ਨਹੀਂ ਹੁੰਦੀ ਡਿਸੀਜ਼, ਬਾਕੀ ਜੇਲ੍ਹਾਂ ਦੇ ਅੰਦਰ ਤਾਂ ਆਪਾਂ ਨੂੰ ਪਤਾ ਹੈ ਜੇਲ੍ਹਾਂ ਦੇ ਅੰਦਰ ਤਾਂ ਕੋਈ ਇੰਜੈਕਟੇਬਲ ਇਹਨਾਂ ਨੂੰ ਮਿਲਣਾ ਨਹੀਂ ਤੇ ਇਹਨਾਂ 'ਚੋਂ ਕੋਈ ਵੀ ਡਿਸੀਜ਼ ਇਹੋ ਜਿਹੀ ਨਹੀਂ ਹੈਗੀ, ਸਿਰਫ ਇੱਕ TB ਨੂੰ ਛੱਡ ਕੇ ਜੇ TB ਦੀ ਕੋਈ ਜ਼ਿਆਦਾ ਡਿਸੀਜ਼ ਹੋਈ ਤਾਂ ਉਹਨੂੰ ਨੈਚੁਰਲ ਹੈ ਉਹਨੂੰ ਹੋਸਪਿਟਲ 'ਚ ਸ਼ਿਫਟ ਕੀਤਾ ਜਾਊਗਾ ਜਾਂ ਕੰਟੈਜੀਅਸ ਪੇਸ਼ੈਂਟ ਹੋਇਆ ਤਾਂ, ਅਦਰਵਾਈਜ਼ ਇੱਕ ਦੂਜੇ ਨੂੰ ਹੱਥ ਲਾਉਣ ਨਾਲ ਜਾਂ ਇੱਕ ਦੂਜੇ ਦੇ ਨਾਲ ਖਾਣਾ ਖਾਣ ਨਾਲ ਇਹ ਡਿਸੀਜ਼ ਨਹੀਂ ਹੁੰਦੀਆਂ। ਹਜੇ ਤਾਂ ਜਿਹੜਾ ਹੈਗਾ ਨਾ ਇਹ ਸ਼ੁਰੂ ਕਰਨਾ ਹੈ, ਵੈਸੇ ਇਹ ਜਿਹੜਾ ਡਾਟਾ ਹੁੰਦਾ ਹੈ ਕੌਨਫੀਡੈਂਸ਼ੀਅਲ ਹੁੰਦਾ, ਇਹ ਮਤਲਬ ਕਿ ਜਿਹੜੀ ਪੇਸ਼ੈਂਟ ਦੀ ਸੀਕ੍ਰੇਸੀ ਹੈ ਪ੍ਰੋਟੋਕੋਲ ਦੇ ਅਕੋਰਡਿੰਗਲੀ ਇਹਨੂੰ ਮੇਨਟੇਨ ਕੀਤਾ ਜਾਏਗਾ। ਇਹ ਇੱਕ ਬੈਸਟ ਸਰਵਿਸ ਹੈ ਅਤੇ ਬੈਸਟ ਉਪਰਾਲਾ ਜਿਹੜਾ ਹੈਗਾ ਹੈ ਸਟ੍ਰੀਮ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਅਤੇ ਇਹ ਇਮੀਡੀਏਟਲੀ ਪੂਰੇ ਪੰਜਾਬ 'ਚ ਜਿਹੜਾ ਸਾਰੀਆਂ ਜੇਲ੍ਹਾਂ ਜਿਹੜੀਆਂ ਹੈਗੀਆਂ ਉਹ ਕਵਰ ਕੀਤੀਆਂ ਜਾਣਗੀਆਂ ਇਹਨਾਂ 5 ਬਿਮਾਰੀਆਂ ਲਈ। ਅਤੇ ਜੇ ਬਿਮਾਰੀ ਮਤਲਬ ਕਿ ਇਹ ਜਿਹੜੀਆਂ 5 ਬਿਮਾਰੀਆਂ ਹੈ ਇਹ ਮੋਸਟਲੀ ਡਰੱਗ ਐਡਿਕਸ਼ਨ ਨਾਲ ਪੇਸ਼ੈਂਟਸ ਨੂੰ ਹੁੰਦੀਆਂ, ਡਰੱਗ ਐਡਿਕਸ਼ਨਸ ਜਾਂ ਸੈਕਸੁਅਲ ਰਿਲੇਸ਼ਨਸ ਬਣਾਉਣ ਨਾਲ ਹੁੰਦੀ ਹੈ। ਅਤੇ TB ਦੀ ਬਿਮਾਰੀ ਤਾਂ ਵੈਸੇ ਹੀ ਮਤਲਬ ਕਿ ਐਟਮੋਸਫੇਅਰ ਖਰਾਬ ਹੋਣ ਨਾਲ ਵੀ ਹੋ ਜਾਂਦੀ ਹੈ, ਪਰ ਇਹ ਹੈ ਵੀ ਜੇ ਡਿਟੈਕਟ ਹੋ ਜਾਣਗੀਆਂ ਤਾਂ ਇਹਨਾਂ ਦਾ ਇਸ ਟਾਈਮ ਅੱਜ ਦੇ ਟਾਈਮ 'ਚ ਇਹਨਾਂ ਦਾ ਇਲਾਜ ਹੈਗਾ ਅਤੇ ਉਹ ਸਾਰਾ ਇਲਾਜ ਜਿਹੜਾ ਹੈਗਾ ਸਿਵਲ ਹੋਸਪਿਟਲਸ 'ਚ ਮੁਫਤ ਹੋ ਰਿਹਾ, ਪਹਿਲੇ ਇਲਾਜ ਸੀਗੇ ਬਹੁਤ। ਅੱਜ ਹੀ ਪੰਜਾਬ ਹੈਲਥ ਡਿਪਾਰਟਮੈਂਟ ਵੱਲੋਂ ਸਾਰੇ ਮੈਡੀਕਲ ਟੀਮ ਨਾਲ ਜਿਹੜਾ ਹੈਗਾ ਫਾਜ਼ਿਲਕਾ ਜੇਲ੍ਹ ਵਿੱਚ ਸਪੈਸ਼ਲ ਜਿਹੜਾ ਅੰਦਰ ਆਪਣੇ ਕੈਦੀ ਹੈਗੇ ਉਹਨਾਂ ਲਈ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਜਿਹੜੀ ਚਲਾਈ ਗਈ ਹੈ, ਆਈ ਥਿੰਕ ਆਲ ਓਵਰ ਪੰਜਾਬ ਹੀ ਇਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹਦੇ ਵਿੱਚ ਹੈਪੇਟਾਈਟਿਸ ਬੀ, ਸੀ, HIV, TB ਕੁਛ ਬਿਮਾਰੀਆਂ ਦਾ ਜਿਹੜਾ ਹੈਗਾ ਚੈੱਕਅਪ ਕੀਤਾ ਜਾ ਰਿਹਾ ਔਰ ਅਗਰ ਕੋਈ ਕਿਸੇ ਵੀ ਬਿਮਾਰੀ ਲਈ ਪੋਜ਼ਿਟਿਵ ਪਾਇਆ ਜਾਂਦਾ ਤਾਂ ਉਹਦੀ ਟ੍ਰੀਟਮੈਂਟ ਕਰਵਾਈ ਜਾਏਗੀ। ਸੋ ਬਹੁਤ ਹੀ ਅੱਛੀ ਸ਼ੁਰੂਆਤ ਹੈ ਜੀ, ਕਿਉਂਕਿ ਕਾਫੀ ਜਦੋਂ ਕਨਵਿਕਟਸ ਜਾਂ ਅੰਡਰ ਟ੍ਰਾਇਲਸ ਹੁੰਦੇ ਆ ਪ੍ਰਿਜ਼ਨ ਵਿੱਚ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਕਈ ਵਾਰੀ ਬਿਮਾਰੀਆਂ ਹੁੰਦੀਆਂ, ਸੋ ਉਹਨਾਂ ਦੀ ਹੈਲਥ ਦਾ ਧਿਆਨ ਰੱਖਣ ਲਈ ਉਹਨਾਂ ਨੂੰ ਇੱਕ ਚੰਗੀ ਹੈਲਥ ਵਾਲੇ ਪਾਸੇ ਮੋਟੀਵੇਟ ਕਰਨ ਲਈ ਬਹੁਤ ਹੀ ਅੱਛਾ ਇਨੀਸ਼ੀਏਟਿਵ। ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀਗਾ? ਅੱਜ ਦਾ ਇਹ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਜੇਲ੍ਹ ਅੰਦਰ ਬੰਦੀਆਂ ਦੇ ਟੈਸਟ ਹੈ, ਜਿਵੇਂ ਕਿ ਪਸ਼ਵਿੰਦਰ HIV, TV ਅਤੇ SCV ਦੇ ਜਿਹੜੇ ਹੈਪੇਟਾਈਟਸ CB ਦੇ ਟੈਸਟ ਹੈ ਉਹਨਾਂ ਦੀ ਸਕਰੀਨਿੰਗ ਵਾਸਤੇ ਪੰਜਾਬ ਸਰਕਾਰ ਵੱਲੋਂ ਅੱਜ 15 ਜੂਨ ਆ ਜਿਹੜਾ ਉਹ ਦਿਨ ਨਿਰਧਾਰਿਤ ਕੀਤਾ ਗਿਆ। ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ 'ਚ ਇਹ ਅੱਜ ਤੋਂ ਸ਼ੁਰੂ ਹੋਇਆ, ਇੱਕ ਹਫ਼ਤੇ ਦਾ ਪ੍ਰੋਗਰਾਮ ਹੈ, ਉਹਦੀ ਸਕਰੀਨਿੰਗ ਹੋਣੀ ਹੈ। ਅੱਜ ਇਸ ਜੇਲ੍ਹ 'ਤੇ ਮਾਣਯੋਗ ADC ਸਾਹਿਬ ਮੈਡਮ ਅਮਨੀਤ ਕੌਰ ਜੀ ਅਤੇ ਮਾਣਯੋਗ SSP ਸਾਹਿਬ ਮੈਡਮ ਅਮਨੀਤ ਕੌਰ ਅਤੇ ਸਿਵਲ ਸਰਜਨ ਮੈਡਮ ਬਬੀਤਾ ਜੀ ਅਤੇ ਹੋਰ ਉਹਨਾਂ ਦਾ ਮੈਡੀਕਲ ਸਟਾਫ ਸਾਰਾ ਇੱਥੇ ਜੇਲ੍ਹ 'ਤੇ ਪਹੁੰਚਿਆ, ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਹੈ। ਬੰਦੀਆਂ ਦੀ ਚੰਗੀ ਸਿਹਤ,
ਨਰੋਏ ਸਮਾਜ ਨੂੰ ਸਿਰਜਣ ਵਾਸਤੇ। ਸਰ ਕਿਸ ਤਰ੍ਹਾਂ ਦੀ ਵਰਕਿੰਗ ਰਹੇਗੀ, ਕਿਵੇਂ ਮਤਲਬ ਕਿ ਸਕਰੀਨਿੰਗ ਕੀਤੀ ਜਾਏਗੀ, ਕੋਈ ਟੈਸਟ ਲਿੱਤੇ ਜਾਣਗੇ, ਕੋਈ ਇਹਨਾਂ ਦਾ ਰੋਜ਼ਾਨਾ ਇਸ ਤਰ੍ਹਾਂ ਦੀ ਵਿਜ਼ਿਟ ਹੋਏਗੀ? ਨਹੀਂ, ਅਸੀਂ ਵੈਸੇ ਤਾਂ ਹਰ ਰੋਜ਼ ਹੀ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਵੀ ਬੰਦੀ ਨਵਾਂ ਆਉਂਦਾ ਉਹਦੇ ਟੈਸਟ ਕਰਦੇ ਹਾਂ ਡੇਲੀ ਦੇ ਡੇਲੀ, ਪਰ ਜਿਹੜੀ ਇਸ ਮੁਹਿੰਮ ਦੇ ਤੌਰ 'ਤੇ ਜਿਹੜਾ ਹਰ ਇੱਕ ਬੰਦੀ ਦਾ ਜਿਹੜਾ ਟੈਸਟ ਉਹ ਕੀਤਾ ਜਾਊਗਾ, ਉਹਦੇ ਬਾਰੇ ਉਹਦੀ ਸਾਰੀ ਜਾਂਚ ਕਰਕੇ ਉਹਦੀ ਪ੍ਰੋਪਰ ਜਿਹੜੀ ਮੈਡੀਸਨ ਸ਼ੁਰੂ ਕੀਤੀ ਜਾਊਗੀ। ਕੋਈ ਸਰ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਪਹਿਲਾਂ ਹੈ ਵੀ ਕੋਈ ਜਲਦੀ ਹੋਦਾ ਹੈ? ਨਹੀਂ, ਜੇਕਰ ਕੋਈ ਆਉਂਦੇ ਨੇ ਸਾਡੇ ਕੋਲ, ਪਰ ਉਹਨਾਂ ਨੂੰ ਅਚੇਰੇ ਇਲਾਜ ਲਈ ਅਸੀਂ ਕੇਂਦਰੀ ਜੇਲ੍ਹ ਫਰੀਦਕੋਟ ਸ਼ਿਫਟ ਕਰ ਦਿੰਦੇ ਹਾਂ, ਕਿਉਂਕਿ ਉੱਥੇ ਉਹਨਾਂ ਦਾ ਪੂਰਾ ਪ੍ਰਬੰਧ ਹੈ। ਇੱਥੇ ਸਾਡੇ ਕੋਲ ਇੱਕੋ ਹੀ ਮੈਡੀਕਲ ਅਫਸਰ ਆ, ਉਹ ਸਿਰਫ ਇਹਨਾਂ ਨੂੰ ਇੰਨਾ ਕੁ ਚੈੱਕ ਕਰ ਪਾਉਂਦਾ ਜਿੰਨਾ ਕੁ ਛੋਟ ਉਹਨਾਂ ਨੂੰ, ਬਾਕੀ ਜੇ ਐਸੀ ਪੋਜੀਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਵੱਡੀ ਜੇਲ੍ਹ 'ਤੇ ਸ਼ਿਫਟ ਕਰ ਦਿੰਦੇ ਹਾਂ। ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਜੁਰਮ ਦੀ ਦੁਨੀਆ ਦੇ ਅੰਦਰ ਲੋਕ ਜਾਂਦੇ ਨੇ, ਤਾਂ ਇੱਥੇ ਆ ਕੇ ਆਦਾ ਇਲਾਜ ਦੇ ਨਾਲ ਨਾਲ ਜਿੱਥੇ ਸੁਧਾਰ ਹੁੰਦਾ ਉਹਨਾਂ ਦੀ ਸਿਹਤ ਦਾ, ਹਾਂਜੀ ਇਸ ਤਰ੍ਹਾਂ ਦਾ ਕਹਿ ਸਕਦੇ ਕਿ ਜਿਵੇਂ ਜੁਰਮ ਦੀ ਦੁਨੀਆ ਨੂੰ ਛੱਡਦੇ ਨੇ ਉਸ ਤਰ੍ਹਾਂ ਬਿਮਾਰੀ? ਹਾਂ, ਉਹ ਜੁਰਮ ਦੀ ਦੁਨੀਆ ਦਾ ਜੇਲ੍ਹ 'ਚ ਆ ਕੇ ਉਹ ਆਪਦੇ ਮਨ ਪਛੋਤਾਪ ਕਰਦੇ ਆ, ਛੱਡਦੇ ਆ ਜੁਰਮ। ਇੱਥੇ ਆ ਕੇ ਉਹਨਾਂ ਨੂੰ ਸਮਝਾਇਆ ਜਾਂਦਾ, ਉਹਨਾਂ ਦਾ ਸਿਹਤ ਵਾਸਤੇ ਦੱਸਿਆ ਜਾਂਦਾ, ਬਾਹਰ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕੋਈ ਆਮ ਤੌਰ 'ਤੇ ਦੱਸਦਾ ਨਹੀਂ, ਉੱਥੇ ਇਹੋ ਜਿਹੀ ਲੋੜ ਆ ਉਹਨਾਂ ਨੂੰ ਅਵੇਅਰੈਂਸ ਦੀ, ਜੇ ਉਹਨਾਂ ਨੂੰ ਬਾਹਰ ਦੱਸਿਆ ਜਾਵੇ। ਜਿਵੇਂ ਅੱਜ ਡਾਕਟਰ ਸਾਹਿਬ ਨੇ ਪੂਰਾ ਬਕਾਇਦਾ ਦੱਸਿਆ ਕਿ ਇਹ ਬਿਮਾਰੀ ਕਿਵੇਂ ਹੁੰਦੀ ਹੈ, ਕਿਵੇਂ ਇੰਜੈਕਸ਼ਨ ਅੱਗੇ ਤੋਂ ਅੱਗੇ ਲਗਾ ਲੈਂਦੇ ਆ ਜਾਂ ਕੋਈ ਹੋਰ ਕਈ ਤਰ੍ਹਾਂ ਸੈਕਸੁਅਲ ਹੁੰਦੇ ਆ, ਇੱਦਾਂ ਦਾ ਇਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਨਾ ਹੋਣ, ਪਰ ਲੋਕ ਇੱਥੇ ਆ ਕੇ ਤਾਂ ਫਿਰ ਹੋ ਨਹੀਂ ਸਕਦਾ, ਸੰਭਵ ਨਹੀਂ ਗਾ, ਅਤੇ ਇਲਾਜ ਹੋ ਜਾਂਦਾ ਅਤੇ ਕਾਫੀ ਹੱਦ ਤੱਕ ਲੋਕ ਠੀਕ ਹੋ ਕੇ ਜਾਂਦੇ ਆ। ਬਹੁਤ ਜ਼ਿਆਦਾ ਫਾਇਦਾ ਮਿਲੂਗਾ ਜੀ। ਦੇਖੋ ਘਰ ਬੈਠਿਆਂ ਨੂੰ ਆਪਾਂ ਹੋਸਪਿਟਲ ਜਾਵਾਂਗੇ, ਦਰ ਬਦਰ ਖਿੜਕੀਆਂ 'ਤੇ ਜਾਣਾ ਪਏਗਾ, ਇੱਥੇ ਕੋਈ ਨਹੀਂ, ਇੱਥੇ ਸਾਰਾ ਪ੍ਰਸ਼ਾਸਨ ਇਹਨਾਂ ਦੇ ਕੋਲ ਆਇਆ ਅਤੇ ਇਹਨਾਂ ਨੂੰ ਟੈਸਟ ਕਰ ਰਿਹਾ, ਬੈਠ ਕੇ ਬੜੇ ਆਰਾਮ ਨਾਲ ਆਪਣੇ ਬੇਟੇ ਕਰਾ ਰਹੇ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਫਾਜ਼ਿਲਕਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।